ਮੈਨੂੰ ਤੇ ਲੱਗਦਾ ਇਹੋ ਘਰ ਹੈ ਲੱਗਦਾ ਮੈਂ ਤੇ ਕਹਿੰਦਾ ਇਹੋ ਹੀ ਘਰ ਆ ਬਿਲਕੁਲ ਤੇਰੀ ਗੱਲ ਸਹੀ ਆ ਇਹ ਸਹੀ ਘਰ ਹੀ ਆ ਆਪਾਂ ਪਾਇਆ ਤੇ ਹੈ ਹੀ ਕੋਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਕਚੁਅਲੀ ਉਹ ਅਸੀਂ ਉਹ ਲੜਕੀ ਦੇਖਣ ਆਏ ਹਾਂ ਜੀ ਤੁਹਾਡੀ ਤੁਹਾਡੀ ਕੁੜੀ ਦੇਖਣ ਆਏ ਹਾਂ ਜੀ ਕੁੜੀ ਵੇਖਣ ਆਏ ਹਾਂਜੀ ਤੁਹਾਡੀ ਲੜਕੀ ਦੇਖਣ ਇੱਥੇ ਖਲੋਇਓ ਹੈ ਹਾਂ ਇੱਕ ਮਿੰਟ ਹਾਂਜੀ ਕਮਾਲ ਦੀ ਗੱਲ ਹੈ ਯਾਰ ਸਾਨੂੰ ਗੇਟ ਤੇ ਖੜਾ ਛੱਡ ਕੇ ਕੁੜੀ ਗੇਟ ਤੇ ਵਿਖਾਉਣੀ ਇਹਨਾਂ ਨੇ ਅੰਦਰ ਭਾਲਦੇ ਯਾਰ ਸਾਨੂੰ ਕੁੜੀ ਵਿਖਾਉਂਦੇ ਚੰਗੀ ਤਰ੍ਹਾਂ ਕੁੜੀ ਮੁੰਡੇ ਨੂੰ ਵੇਖੇ ਚੰਗੀ ਤਰ੍ਹਾਂ ਇੱਥੇ ਲੈ ਰੇ ਆ ਰਿਹਾ ਮੇਰੇ ਕੋਲ ਪਹਿਲੀ ਤੇ ਵੇਖਿਆ ਗੇਟ ਤੇ ਠਾਕਾ ਲੱਗਣਾ ਖੜੋ ਜਰਾ ਬਈ ਤੋ ਹੁਣ ਇਹ ਸਿੱਖ ਹਰੀ ਕਾਲ ਪਾਜੀ ਪਾਜੀ ਅਸੀਂ ਮੰਨੇ ਗੰਦ ਪਾਇਆ ਹੋਇਆ ਨਾ ਕੋਈ ਗੱਲ ਨਾ ਕੋਈ ਬਾਤ ਨਾ ਖੜੋ ਜਰਾ ਗੱਲ ਕਰੋ ਉਹ ਭਾਜੀ ਹੋਇਆ ਕਿ ਮੇਰੀ ਗੱਲ ਸੁਣੋ ਭਾਜੀ ਸਵਾਗਤ ਕਰਨਗੇ ਆਜੋ ਕੀ ਗੱਲ ਹੈ ਜੀ ਪੱਕੀ ਪੱਕੀ ਆਜੋ ਜੀ ਵੈਸੇ ਤਲਵਾਰ ਲਾ ਆਜੋ ਆਜੋ ਇਹ ਸਾਲਾ ਫੜੀ ਫਿਰਦਾ ਚੱਲ ਯਾਰ ਆਜਾ ਕਰਨ ਦੀ ਕੋਈ ਮੈਂ ਹੌਲੀ ਹੌਲੀ ਆਵਾਂਗੇ ਚੜੇ ਗਾਲੀ ਗਾਲੀ ਉਹ ਨਹੀਂ ਜੀ ਇਹ ਤਾਂ ਗੱਲ ਹੈ ਜਮ ਅੱਗੇ ਲੱਗ ਕੇ ਤੋ ਮੁੰਡਿਆਂ ਨੇ ਗੰਡ ਪਾਇਆ ਮੈਂ ਲੈਣਾ ਮੈਂ ਤਾਂ ਉਹ ਸਮਝ ਆਜੋ ਜੀ ਆਜੋ 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 ਬਸ ਬਸ ਰੁਕੋ 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 ਕੀ ਹੈ ਇਹ ਲਛਮਣ ਰੇਖਾ ਅੱਛਾ ਮਤਲਬ ਇਹਨੂੰ ਟੱਪਾਂਗੇ ਤੇ ਅੱਗ ਨਿਕਲੇਗੀ ਆਗੋ ਗੋਪਾਈ ਸਾਹਿਬ ਕੋਈ ਨਹੀਂ ਨਿਕਲੇਗੀ ਬਸ ਤੁਸੀਂ ਇਹਨੂੰ ਕ੍ਰਾਸ ਨਹੀਂ ਕਰਨਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹੁਣ ਤੁਸੀਂ ਇੱਥੇ ਰੁਕਿਓ ਤੇ ਮੈਂ ਤੁਹਾਡਾ ਸਵਾਗਤ ਕਰਨਾ ਚਾਹੁੰਦਾ ਨਹੀਂ ਸਵਾਗਤ ਤੇ ਤੁਸੀਂ ਉਹ ਕਰ ਲਿਆ ਜੀ ਨਾ ਨਾ ਇਹਨਾਂ ਬੜਾ ਤੁਹਾਡਾ ਮਾੜਾ ਸਵਾਗਤ ਹੋਇਆ ਹੁਣ ਮੈਂ ਚੰਗੇ ਢੰਗ ਨਾਲ ਤੁਹਾਡਾ ਸਵਾਗਤ ਕਰਨਾ ਚਾਹੁੰਦਾ ਠੀਕ ਹੈ ਜੀ ਤੇ ਮੈਂ ਗਿਆ ਤੇ ਆਇਆ ਤੇ ਕ੍ਰਾਸ ਨਹੀਂ ਕਰਨੀ ਲਾਈਨ ਠੀਕ ਹੈ ਜੀ ਠੀਕ ਹੈ ਜੀ ਬਾ ਮੈਂ ਗਿਆ ਤੇ ਆਇਆ ਤੁਸੀਂ ਕਿੱਥੇ ਕਰਨ ਦੇਣੀ ਸਾਨੂੰ ਕ੍ਰਾਸ ਲਾਈਨ ਅੱਗੇ ਵੀ ਗੇਟ ਤੇ ਖੜਾ ਕਰ ਗਿਆ ਸੀ ਹੁਣ ਵੀ ਗੇਟ ਤੇ ਖੜਿਆ ਯਾਰ ਇਹ ਚੰਗਾ ਗੇਟੋ ਗੇਟ ਰਿਸ਼ਤਾ ਕਰਨ ਦੇ ਨੇ ਸਾਡਾ ਐਡਾ ਗੇਟਵੇ ਆਫ ਇੰਡੀਆ ਦੇ ਵਿਆਹ ਹੋਣ ਲੱਗਾ ਮੇਰਾ ਚਿੰਤਾ ਬਿਲਕੁਲ ਨਹੀਂ ਕਰਨੀ ਐਕਚੁਅਲੀ ਇੱਕ ਹਾਰ ਨੇ ਤੈਨੂੰ ਕੰਮ ਚਲਾਉਣਾ ਪੈਣਾ ਇਹ ਕੰਤੋ ਮਾਸੀ ਨੇ ਤੁਹਾਡੇ ਬਾਰੇ ਤਾਂ ਦੱਸਿਆ ਸੀ ਪਰ ਇਹਨਾਂ ਬਾਰੇ ਬਿਲਕੁਲ ਨਹੀਂ ਪਤਾ ਸੀ ਤੇ ਹੁਣ ਤੁਸੀਂ ਇੱਦਾਂ ਕਰੋ ਕਿਉਂਕਿ ਮੈਂ ਚਾਹੁੰਦਾ ਵੀ ਮੈਂ ਤੁਹਾਡਾ ਸਵਾਗਤ ਬਰਾਬਰ ਕਰਾਂ ਨਹੀਂ ਨਹੀਂ ਤੁਸੀਂ ਹਾਰੇ ਨਾ ਨਹੀਂ ਇਹ ਸ਼ਾਇਦ ਜੀਜਾ ਜੀ ਜਿੰਨਾ ਮੈਂ ਸ਼ਾਇਦ ਜੀਜਾ ਜੀ ਨੂੰ ਸਤਿਕਾਰ ਦੇਣਾ ਚਾਹੁੰਦਾ ਉਹਨਾਂ ਮੈਂ ਤੁਹਾਨੂੰ ਦੇਣਾ ਚਾਹੁੰਦਾ ਠੀਕ ਆ ਜੀ ਮਾਈਂਡ ਨਹੀਂ ਕਰਨਾ ਇੱਕ ਮਿੰਟ ਜੋੜੋ ਸਰ ਆਜੋ ਹਾਂ ਕਾਕਾ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਾਕਾ ਜੀ ਤੇ ਮੈਂ ਹੀ ਹਾਂ ਵੈਸੇ ਨਹੀਂ ਨਹੀਂ ਕੋਈ ਗੱਲ ਨਹੀਂ ਉਹਨਾਂ ਹੀ ਸਤਿਕਾਰ ਤੁਹਾਡਾ ਆ ਉਹਨਾਂ ਹੀ ਨਾ ਤਾਂ ਨਾਲ ਤੁਹਾਡੇ ਆਏ ਨੇ ਵੈਸੇ ਤੁਹਾਡੀ ਇਹ ਅਦਾ ਸਾਨੂੰ ਬਹੁਤ ਪਸੰਦ ਆਈ ਜੀ ਅਦਾ ਕਿਹੜੀ ਅਦਾ ਮੈਂ ਤਾਂ ਕੋਈ ਅਦਾ ਨਹੀਂ ਦਿਖਾਈ ਆਓ ਵੈਸੇ ਉਹ ਫਿਲਮਾਂ 'ਚ ਤਾਂ ਇੱਦਾਂ ਹੀ ਕਹਿੰਦੇ ਹੁੰਦੇ ਆ ਜੀ ਤੁਹਾਡੀ ਅਦਾ ਸਾਨੂੰ ਬਹੁਤ ਪਸੰਦ ਆਈ ਚਲੋ ਖੈਰ ਜੇ ਤੁਸੀਂ ਅਦਾ ਕੋਈ ਵਿਖਾਈ ਨਹੀਂ ਤਾਂ ਸੋਰੀ ਸ਼ਾਇਦ ਤੁਸੀਂ ਮੇਰੇ ਵਾਂਗੂ ਸ਼ੌਂਕ ਰੱਖਦੇ ਹੋ ਫਿਲਮਾਂ ਦਾ ਹੈ ਕੀ ਬਾਤ ਆ ਆਪਣੇ ਵਿਚਾਰ ਕਿੰਨੇ ਮਿਲਦੇ ਆ ਤੁਸੀਂ ਵੀ ਫਿਲਮਾਂ ਹਾਂ ਕਮਾਲ ਦੀ ਗੱਲ ਆ ਆਪਣੇ ਸ਼ੌਂਕ ਕਿਤੇ ਜਿੰਨੇ ਕਿੰਨੇ ਮਿਲਦੇ ਆ ਨਾ 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 ਜੱਫੀ ਨਹੀਂ ਪਹਿਲਾਂ ਗੱਲ ਪੱਕੀ ਫਿਰ ਜੱਫੀ ਮੇਰੇ ਸ਼ਾਇਦ ਜੀਜਾ ਜੀ ਹੇ ਭਾਜੀ ਸ਼ੌਂਕ ਹੀ ਮਲਾਈ ਜਾਓਗੇ ਕੋਈ ਕੁੰਡਲੀ ਟੇਵਾ ਵੀ ਮਿਲਾ ਲਓ ਅੰਦਰੋਂ ਕਿਸੇ ਸਿਆਣੇ ਨੂੰ ਹੀ ਬੁਲਾ ਲਓ ਜੇ ਕੁੜੀ ਬਾਹਰੋਂ ਗੇਟ ਤੋਂ ਹੀ ਤੋਰਨੀ ਆ ਤੇ ਨਹੀਂ ਸਾਨੂੰ ਅੰਦਰ ਖੜਨਾ ਇੱਕ 100 ਦਾ ਪੱਤਾ ਕੱਢੋਗੇ ਮੇਰੇ ਸ਼ਾਇਦ ਜੀਜਾ ਜੀ ਲੈ ਦੱਸ ਇਹ ਤੇ ਉਹ ਗੱਲ ਹੈ ਨਾ ਜੀ ਕਿ ਪਿੰਡ ਅਜੇ ਵਸਿਆ ਨਹੀਂ ਤਾਂ ਚੋਰ ਚੱਕੇ ਪਹਿਲਾਂ ਪੈ ਗਏ ਮੈਂ ਜੀਜਾ ਅਜੇ ਬਣਿਆ ਤੇ ਨਹੀਂ ਨਾ ਸ਼ਾਇਦ ਜੀਜਾ ਵਾਂ ਮੇਰੇ ਸ਼ਾਇਦ ਸਾਲਾ ਜੀ ਦੇਖੋ ਜੀ ਲੋਕ ਦੀਵਾਲੀ ਬੰਪਰ ਲੋਹੜੀ ਬੰਪਰ ਪਾਉਂਦੇ ਨੇ ਹਨਾ ਟਿਕਟ ਨਿਕਲੇ ਨਾ ਨਿਕਲੇ ਲੇਕਿਨ ਉਹਦਾ 100 ਰੁਪਏ ਤਾਂ ਗਿਆ ਨਾ ਇਸੇ ਕਰਕੇ ਜੀਜਾ ਜੀ ਤੁਸੀਂ ਜੀਜਾ ਬਣੋ ਨਾ ਬਣੋ ਲੇਕਿਨ 100 ਰੁਪਇਆ ਤਾਂ ਦੇਣਾ ਪੈਣਾ ਪਹਿਲੀ ਵਾਰੀ ਵੇਖਿਆ ਜੀ ਕਿ ਸ਼ਾਦੀ ਕਰਵਾਉਣ ਵਾਸਤੇ ਰਾਹ ਦੇ ਵਿੱਚ ਟੋਲ ਟੈਕਸ ਵੀ ਦੇਣੇ ਪੈਂਦੇ ਆ ਹੈਲੋ ਜੀ ਥੈਂਕ ਯੂ ਵੈਰੀ ਮੱਚ ਪਹਿਲਾ ਰਾਊਂਡ ਵੀ ਕਲੀਅਰ ਕਰ ਲਿਆ ਤੇ ਦੂਜੇ ਰਾਊਂਡ ਵਾਸਤੇ ਤੁਹਾਨੂੰ ਬੈਸਟ ਆਫ ਲੱਕ ਤੇ ਜੇ ਰਿਸ਼ਤਾ ਪੱਕਾ ਹੋ ਗਿਆ ਤਾਂ ਮੈਂ ਤੁਹਾਡੇ ਤੋਂ ਅੱਗੋਂ ਪੈਸੇ ਲੈਂਦਾ ਰਹਾਂਗਾ ਠੀਕ ਹੈ ਜੀ ਤੇ ਹੁਣ ਤੁਸੀਂ ਜਾਓ ਅੰਦਰ ਤੇ ਅੰਦਰ ਕਰਦੇ ਹੋਣਗੇ ਸੁੱਤੇ ਤੇ ਮੈਂ ਚੱਲਿਆ ਫਿਲਮ ਦੇਖਣ ਠੀਕ ਹੈ ਜੀ ਟਰੰ 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 ਉਹਨਾਂ ਨੂੰ ਜਗਾ ਤੇ ਜਾਓ ਜੀ ਅਸੀਂ ਆਪ ਜਗਾਉਣਾ ਚਾਹਾਂਗੇ ਨਹੀਂ ਇਹ ਤੁਹਾਡਾ ਆਪਣਾ ਕੰਮ ਹੈ ਓਕੇ ਬਾਏ
कैसा यार, वाह यार, शायद साला मेरा शायद जीजे नू लुट के लै गया यार। चलो इन्हें मूंह ढकया पता की लगे। सुसरी जंगू सुते सारे यार, लगते नहीं पे मुंडे को लिखना आना कहीं कुछ आप एक दूजे कह देंगे बैठो भाई साहब। आओ तुम्हें बैठना। बैठे जी बैठे जी बैठे 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 जड़ी नाम अली दा, जड़ी नाम उठी उठी नाम अली दा लैंदी आ वीर मेरे आ बजुगनी बजुगनी काम तो कर दी पुठे ऐसे सुता कोई ना उठे असी लग के बह गए गुठे ओए वीर मेरे आ बजुगनी हाय हाय वीर मेरे आ बजुग कोई ऐसा जी ने कहे तो होना तो सुते सुते भंगड़ा पाउंड है सारे जने अशियन चुप नो 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 चोर नो चोर लोकल लोकल बंदे करेलू लोकल करेलू बंदे लड़की लड़की ही लड़की करेलू 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 बंदे हाँ जी लड़की देखना है जी लड़की देखना है सेवा से वो तो नहीं है पापा जी लड़की देखना है मम्मा लड़की देखना है हाले ना मेरे वाल देखियो हाले में तैयार होना है मुंडे वाले ए मुंडा वाले सुबह जी तुसे अलार्म नहीं लाया कि ये टाइम तो पहले आ गए ने माय गॉड मैं तो 8 दी बजाय 11 दा अलार्म ला बैठा से सॉरी सॉरी फिर ठीक कर ली आगे बस अलार्म आगे पीछे घड़ी आगे पीछे की फायदा काका जी आए ने काका जी आप ते नाल आए ने नाल काका जी ते दोस्त हां जी काका जी ते दोस्त मासी कंसोल ना जी हां जी एना दी पुआ मासी कंसोल ओने ने बोलो ने ए हार किसे साइकिल दे रिम चो कट के पाया कंसोल आगे नहीं पाया जी ओ ते बाहर एक कुत्ते दा बच्चा तलवार लैके घूम रहा है पहले तलवार बाद च हार साडे गल च पा गया डर दे नहीं लाया तलवार लैके ना जाके साडे गिटे वड़ देण लगा सी जी छांग देण लगा सी बिल्कुल जी Oh my God! ਤੁਹਾਨੂੰ ਬਾਹਰ ਗੇਟ ਤੇ ਮਿਲਿਆ ਹੋਏਗਾ ਬਿਲਕੁਲ ਮੇਰੇ ਵਰਗਾ ਸੋਹਣਾ ਸੁਨੱਖਾ ਜਿਹਾ ਉਹ ਨਾ ਆਪਣਾ ਹੀ ਪੁੱਤਰ ਹੈ ਆਪਣਾ ਹੀ ਫਰਜ਼ੰਦ ਹੈ ਆਪਣਾ ਹੀ ਸਾਹਿਬਜ਼ਾਦਾ ਇਹ ਫਿਲਮ ਵੇਖਣ ਗਿਆ ਹੋਏਗਾ ਜ਼ਰਾ ਆਪਣੇ ਮੂੰਹ ਨਿਕਲ ਗਿਆ ਕੁੱਤੇ ਦਾ ਬੱਚਾ ਕਾਕਾ ਜੀ ਨਾਲ ਬਹੁਤ ਮਾੜੀ ਹੋਈ ਹੈ ਆਂਦੇ ਮਾੜੀ ਹੋਈ ਸਾਡੇ ਨਾਲ ਹਾਂਜੀ ਹਾਂਜੀ ਕੁਛ ਕਰੋ ਨਾ ਮੈਂ ਹੁਣ ਕੀ ਕਰਾਂ ਬਸ ਕੁੜੀ ਵਿਖਾਓ ਜੀ ਕਰਨਾ ਕਰਨਾ ਕੀ ਜਾਈਏ ਹਨਾ ਹਾਂ ਕਰੀਏ ਤੇ ਜਾਈਏ ਜਾਓ ਜੀ ਇਹ ਰਿੰਕੀ ਨੂੰ ਲੈ ਕੇ ਆਵਾਂ ਮੈਂ ਹੁਣੇ ਲੈ ਕੇ ਆਈ ਰਿੰਕੀ ਨੂੰ ਲੈ ਕੇ ਆਵਾਂ ਨਾ ਹਾਂਜੀ ਆਪਣੀ ਰਿੰਕੀ ਨੂੰ ਲੈ ਕੇ ਆਓ ਕਾਕਾ ਜੀ ਬੈਠੇ ਨੇ ਕਾਕਾ ਜੀ ਹਾਰ ਹੁਣ ਲਾ ਦਿਓ ਨਿਸ਼ਚਿੰਤ ਹੋ ਜਾਓ ਨਹੀਂ ਉਹ ਤਲਵਾਰ ਡਰ ਬਹੁਤ ਲੱਗਦਾ ਜੀ ਓਹੋ ਡੋਂਟ ਵਰੀ ਮੈਂ
ਉਹਦੇ ਬਿਹਾਫ ਤੇ ਕਹਿ ਰਿਹਾ ਨਾ ਤੁਹਾਨੂੰ, ਪਲੀਜ਼ ਲਾ ਦਿਓ। ਨਵੇਂ ਨਵੇਂ ਸਾਰੇ ਆ, ਨਾਮ ਹੀ ਨਹੀਂ ਬਹੁਤੀ ਕਰ ਸਕਦੇ। ਚੱਲ ਪਹਿਲਾਂ ਤੂੰ ਲਾ। ਮੈਂ ਲੈ ਤੈਨੂੰ ਕੋਲ ਹੀ ਰੱਖ ਲੈਂਦੇ, ਹੁਣ ਕੁੜੀ ਦੇ ਵੀ ਪਾਉਣਾ ਪੈ ਸਕਦਾ। ਹਾਂਜੀ ਬੇਟਾ ਜੀ, ਜਦ ਤੱਕ ਚਾਹ ਆਉਂਦੀ ਹੈ ਨਾ, ਆਪਾਂ ਥੋੜ੍ਹੀ ਜਿਹੀ ਇੰਟਰਵਿਊ ਕਰ ਲਈਏ। ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਹਿਸਟਰੀ ਬਾਰੇ ਕਿੰਨਾ ਕੁ ਸ਼ੌਕ ਰੱਖਦੇ ਹੋ? ਹਿਸਟਰੀ ਦਾ ਤਾਂ ਇੰਨਾ ਸ਼ੌਕ ਰੱਖਦੇ ਹਾਂ ਨਾ ਜੀ, ਤੁਹਾਨੂੰ ਸੁਣ ਕੇ ਬੜਾ ਸ਼ੌਕ ਲੱਗੇਗਾ। ਸ਼ੌਕ? ਇਹਦਾ ਮਤਲਬ ਤੁਹਾਡੇ 'ਚ ਬਹੁਤ ਕਰੰਟ ਹੈ। ਇਹ ਤਾਂ ਬੜਾ ਮੈਨੂੰ ਕਰੰਟ ਟੌਪਿਕ ਸਾਰੇ ਪਤਾ ਜੀ, ਮਤਲਬ ਜਿਹੜੇ ਮਰਜ਼ੀ ਕਰੰਟ ਅਫੇਅਰ 'ਤੇ ਗੱਲ ਕਰ ਲਓ। ਅੱਛਾ, ਫਿਰ ਇਹ ਦੱਸੋ ਕਿ ਮਲਿਕਾ ਸ਼ਰਾਫਤ ਬਾਰੇ ਕਿੰਨਾ ਕੁ ਜਾਣਦੇ? ਹਾਂ, ਮਲਿਕਾ ਸ਼ਰਾਫਤ ਦੀ ਸਾਰੀ ਹਿਸਟਰੀ ਤੁਹਾਨੂੰ ਮੈਂ ਦੱਸ ਦਿੰਦਾ ਜੀ। ਨਾ 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 ਕਾਕਾ ਜੀ, ਹਿਸਟਰੀ ਨਹੀਂ, ਮੈਨੂੰ ਉਹਦਾ ਪ੍ਰੈਜ਼ੈਂਟ ਮੋਬਾਈਲ ਨੰਬਰ ਚਾਹੀਦਾ ਪਲੀਜ਼। ਪਾਪਾ ਜੀ, ਰੰਗ ਦੇ ਹੀ ਕਾਲੇ ਨਹੀਂ ਹੈਗੇ, ਦਿਲ ਦੇ ਵੀ ਕਾਲੇ ਹੀ ਹੈ। ਕੋਈ ਗੱਲ ਨਹੀਂ ਜੀ, ਮਲਿਕਾ ਸ਼ਰਾਫਤ ਦਾ ਨੰਬਰ ਅਸੀਂ ਆਂਟੀ ਜੀ ਨੂੰ ਦੇ ਦਿਆਂਗੇ। ਨਾ 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 ਕਾਕਾ ਜੀ, ਆਂਟੀ ਨੂੰ ਦੱਸਣ ਦੀ ਲੋੜ ਨਹੀਂ ਹੈ। ਆਪਾਂ ਸਵਾਲ ਹੀ ਕੈਂਸਲ ਕਰਦੇ ਹਾਂ, ਤੁਸੀਂ ਮੈਨੂੰ ਇਹ ਦੱਸੋ ਕਿ ਕਿਤਾਬਾਂ ਪੜ੍ਹਨ 'ਚ ਸ਼ੌਕ ਰੱਖਦੇ ਹੋ? ਹਾਂਜੀ, ਕਿਤਾਬਾਂ ਬਹੁਤ ਪੜ੍ਹਦਾ ਜੀ ਮੈਂ। ਅੱਛਾ, ਹਾਂ, ਕਿਹੋ ਜਿਹੀਆਂ ਕਿਤਾਬਾਂ ਪੜ੍ਹਦੇ ਤੁਸੀਂ? ਮਸਲਨ ਜਿੱਦਾਂ ਨੈਣ ਪ੍ਰੀਤੋ ਦੇ ਚਾਈ ਪੇਕੇ ਪਾਪਾ ਠੇਕੇ, ਘਰੇਲੂ ਨੁਸਖੇ, ਧਨਵੰਤਰੀ ਸਾਰੀ ਯਾਦ ਕੀਤੀ ਹੋਈ ਮੈਂ, ਜੰਤਰੀਆਂ ਸਾਪੜੀਆਂ ਮੈਂ, ਸੌਖੇ ਵਪਾਰ ਕਰਨ ਦੇ 100 ਬਿਜ਼ਨਸ, ਹਾਰਮੋਨੀਅਮ ਸਿੱਖੋ, ਸਭ ਕਿਤਾਬਾਂ ਪੜ੍ਹੀਆਂ। ਚਲੋ ਛੱਡੋ, ਮਾਰੋ ਗੋਲੀ ਕਿਤਾਬਾਂ ਨੂੰ। ਤੁਸੀਂ ਮੈਨੂੰ ਇਹ ਦੱਸੋ ਕਿ ਹਾਂ, ਸ਼ਾਹਜਹਾਂ ਦੇ ਤਾਜ ਮਹਿਲ ਬਾਰੇ ਕੀ ਜਾਣਦੇ? ਹਾਂਜੀ, ਤਾਜ ਮਹਿਲ ਚਿੱਟਾ ਹੈ ਜੀ, ਚਿੱਟਾ ਰੰਗ ਦਾ। ਵੱਖਰੀ ਗੱਲ ਹੈ, ਪੋਲਿਊਸ਼ਨ ਨਾਲ ਥੋੜਾ ਪੀਲਾ ਪੀਲਾ ਦਰਦ ਹੋਇਆ। ਛੱਡੋ ਜੀ ਤਾਜ ਮਹਿਲ ਦੀਆਂ ਗੱਲਾਂ ਨੂੰ, ਬਾਥਰੂਮ ਦਾ ਦਰਵਾਜ਼ਾ ਟੁੱਟਿਆ 3 ਮਹੀਨਿਆਂ ਤੋਂ, ਉਹ ਤਾਂ ਇਹਨਾਂ ਤੋਂ ਲੱਗਿਆ ਨਹੀਂ। ਲੈ ਗਏ ਤਾਜ ਮਹਿਲ ਦੀਆਂ ਗੱਲਾਂ ਨੂੰ ਬੈਠੇ ਆ ਇੱਥੇ। ਸੁਣੋ, ਕੀੜੀਆਂ ਖਾ ਗਈਆਂ ਪਕੌੜਿਆਂ ਨੂੰ, ਜਾ ਕੇ ਹੋਰ ਪਕੌੜੇ ਲੈ ਕੇ ਆਓ। ਦੇਖੀ ਇਹਨਾਂ ਕੀੜੀਆਂ ਨੂੰ ਇੱਕ ਦਿਨ ਕੀੜੇ ਪੈਣੇ ਆ। ਖੈਰ ਕਾਕਾ ਜੀ, ਤੁਸੀਂ ਨਾ 5 ਮਿੰਟ ਬੈਠੋ, ਮੈਂ 10 ਮਿੰਟ 'ਚ ਆਇਆ। ਕਾਕਾ ਜੀ, ਤੁਸੀਂ ਕਿਉਂ ਆਉਣਾ? ਤੁਸੀਂ ਨਾ ਆਓ, ਤੁਸੀਂ ਜਾਓ ਅਤੇ ਕੁੜੀ ਨੂੰ ਭੇਜੋ। ਅੱਛਾ, ਕੁੜੀ ਨੂੰ ਮੈਂ ਪਕੌੜੇ ਲੈਣ ਭੇਜ ਦਿੰਦਾ? ਨਹੀਂ ਨਹੀਂ, ਪਕੌੜੇ ਲੈਣ ਨਾ ਭੇਜੋ, ਤੁਸੀਂ ਕੁੜੀ ਨੂੰ ਇੱਧਰ ਭੇਜੋ, ਕੰਮ ਨਿਬੜੇ ਜੀ ਵਿੱਚੋਂ। ਆਹੋ, ਠੀਕ ਹੈ, ਤੁਸੀਂ ਨਾ ਆਇਓ, ਵੱਡੇ ਦਾ ਸਰੀਰ ਹੈ, ਆਰਾਮ ਕਰੋ, ਕਿਉਂ ਕਸ਼ਟ ਦਿੰਦੇ ਹੋ ਸਰੀਰ ਨੂੰ? ਦੇਖੋ ਕਾਕਾ ਜੀ, ਪਸੰਦ ਤੁਹਾਨੂੰ ਮੈਂ ਕਰ ਲਿਆ, ਪਰ ਫਾਈਨਲ ਨਹੀਂ ਕੀਤਾ, ਕਿਉਂਕਿ ਜੁਆਈ ਮੈਨੂੰ ਉਹ ਚਾਹੀਦਾ ਜਿਹਨੂੰ ਅੰਤਾਕਸ਼ਰੀ ਖੇਲਣੀ ਆਉਂਦੀ ਹੋਵੇ। ਤੁਹਾਨੂੰ ਖੇਲਣੀ ਆਉਂਦੀ? ਅੰਤਾਕਸ਼ਰੀ ਤਾਂ ਆਉਂਦੀ ਆਉਂਦੀ ਹੈ ਜੀ, ਉਹਦੇ ਆਉਂਦੀ ਹੁੰਦੀ ਸਭ ਨੂੰ ਹੀ। ਵੈਰੀ ਗੁੱਡ, ਵੈਰੀ ਗੁੱਡ। ਸੱਸ ਤੁਹਾਡੀ ਅੜੀ ਖੜੀ, ਅੰਤਾਕਸ਼ਰੀ ਦੀ ਸ਼ੌਕੀਨ ਬੜੀ, ਜੁਆਈ ਤੁਹਾਨੂੰ ਤਾਂ ਮੰਨਾਂਗੀ ਜੇ ਗੱਲ ਦੇ ਵਿੱਚ ਗੱਲ ਫੜੀ। ਅੜਾੜਾ, ਚਲੋ ਅੜਾੜੇ ਤੋਂ ਸ਼ੁਰੂ ਹੋ ਜਾਓ। ਰਾੜੇ ਦਾ ਤਾਂ ਗਾਣਾ ਹੀ ਕੋਈ ਨਹੀਂ ਬਣਿਆ ਅੱਜ ਤੱਕ ਜੀ, ਇਸ ਧਰਤੀ ਦੇ ਰਾੜੇ ਤੇ ਮੈਂ ਗਾਣਾ ਕਦੇ ਸੁਣਿਆ ਨਹੀਂ। ਰਾੜੇ ਵਰਗਾ ਹੁੰਦਾ ਐੜਾ, ਹੈਨਾ? ਚਲੋ ਐੜੇ ਸ਼ੁਰੂ ਹੋ ਜਾਓ। ਨਹੀਂ ਅੱਜ ਮੈਂ ਨਹੀਂ ਨੀ ਤਾਂ ਨਹੀਂ, ਆਪਾਂ ਅੱਜ ਤੋਂ ਸ਼ੁਰੂ ਕਰਦੇ ਹਾਂ। ਅੱਜ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਲੇ ਨਹੀਂ, ਅੱਜ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਲੇ ਨਹੀਂ, ਅੱਜ ਮੈਂ ਨਹੀਂ, ਅੱਜ ਮੈਂ ਆਹ ਨਹੀਂ, ਅੱਜ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਲੇ ਨਹੀਂ, ਅੱਜ ਮੈਂ ਬਸ 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 ਬਸ। ਗਾਣਾ ਸੁਣਾ ਰਹੇ ਹੋ ਤੁਸੀਂ ਮੈਨੂੰ? ਡਰਾ ਰਹੇ ਹੋ? ਮੈਂ ਨਹੀਂ ਸੁਣਿਆ ਗਾਣਾ, ਕੋਈ ਹੋਰ ਗਾਣਾ ਸੁਣਾਓ। ਲਓ ਜੀ, ਦੇਖੋ ਇਹ ਨਹੀਂ ਗੱਲ, ਗਾਣਾ ਤੇ ਗਾਣਾ ਹੀ ਹੁੰਦਾ ਨਾ। ਹੁਣ ਦੇਖੋ, ਮੈਨੂੰ ਨਹੀਂ ਪਤਾ ਅੱਜ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓ ਲੈ ਲੈ, ਇਹ ਤੇ ਸੁਣਾਓ, ਇਹ ਤੇ ਇਹ ਕਿਆ ਬੋਲਤਾ ਤੂੰ, ਆਤਾ ਕਿਆ ਖੰਡਾਲਾ। ਸ਼ਰਮ ਤਾਂ ਨਹੀਂ ਆਉਂਦੀ ਜੁਆਈ ਨਾਲ ਖੰਡਾਲਾ ਦਾ ਪ੍ਰੋਗਰਾਮ ਬਣਾਉਂਦੇ ਆ? ਖੰਡਾਲਾ ਖੰਡ ਲਿਆ ਜਿਹੜੀ ਮੁੱਕੀ ਪਈ ਆ। ਨਾਲੇ ਉੱਧਰ ਮੇਰਾ ਬਾਪੂ ਬੈਠਾ ਸੁਰਮੇ ਰੰਗਾ, ਉਹਦੇ ਨਾਲ ਬਣਾ ਵੀ ਵੈਸਟ ਇੰਡੀਜ਼ ਦਾ ਟ੍ਰਿਪ। ਮੈਂ ਸੋਚਦਾ ਕਿ ਆਪਾਂ ਕਾਕਾ ਜੀ ਤੇ ਗੁੱਡੀ ਨੂੰ ਇਕੱਲਿਆਂ ਬੈਠਣ ਦਾ ਮੌਕਾ ਦਈਏ, ਤੇ ਆਪਾਂ ਜਰਾ ਬਾਹਰ ਚੱਲ ਕੇ ਅੰਤਾਕਸ਼ਰੀ ਖੇਡਦੇ ਆ। ਰੀਅਲੀ? ਹਾਂਜੀ ਹਾਂਜੀ, ਚਲੋ ਚਲੋ ਜੀ। ਸੋਫਾ ਮੁੱਕ ਗਿਆ ਆਪਣਾ। ਓ
अपना वो रिंकी जी थोड़ा नाम की है? मेरा ना रब थोड़ा भला करे, मैं तो नर्वस ही हो गई, हमने तुसी लिया भी सी। हाँ, मेरा नाम ना रिंकी है। पहली बारी नाम सुने? पहली बारी? पर कंतो मासी तो कहती सी थोड़ी छोटी भैन का नाम भी रिंकी सीगा। अब केड़ी छोटी भैन? ओदे नर्सरी च मर गई सी, ओदा नाम याद है? कहते मैनू एंडिया पुरानी गल्लां याद रहिंदियां, मैं तो भैन भुली सी, तुसी ना लिया भैन दा ते मैनू भैन याद आई है। तुहाडे वैसे बाय द वे पता नहीं कितना पूछो शौक की है? मैनू ना शौक है मेरिया ना 12-13 कुड़ियां हों। 12-13 कुड़ियां हैं? बड़ा अजीब जिहा शौक है जी। मतलब जिहड़ियां हुण पंजाब च लोकां ने कुड़ियां मारनियां शुरू कीतियां जम्मण तों पहलां ही, मतलब जिन्नियां लोकां ने मारियां सारा कापा मेरे को पूरा करना जी। मेरी प्रॉब्लम पता की है? मैं जेड़ी भी चीज़ मंगती हाँ ना रब तो मैं अद्धी मिलती है, इस करके मैं 12-13 कुड़ियाँ मंगिया, 6-7 तो मिलनगियाँ ही। 6-7 कुड़ियाँ परलो वाली गल ही है ना जी, एक तो मुंडा मंग लो। देखो ना जी कि 5-6-7-8 कुड़ियाँ हूँ कला प्यो, मैं तो व्यौदा मर जाऊंगा जी, एक तो मुंडा वो साथ हो जाता। वैसे गल परसनल जी पूछा थानू जी, थानू मतलब मुंडिया तो कोई नफरत है? मुंडे अच्छे नहीं लगते थानू? नहीं, मुंडे तो मैनू बहुत चंगे लगते हैं, निन्ने निन्ने प्यारे प्यारे बहुत ही प्यारे लगते हैं, पर ना मेरी एक प्रॉब्लम है। मुंडे च की प्रॉब्लम है जी? मैं दसनी गल ते दसनी पैनी तुहानू। पक्का? बिल्कुल पक्का। पता की मैनू ना बच्चों दियां ना गुत्तां ही करनी आंदियां, सिर्फ जूड़े करने ही नहीं आंदे। बेटियां दे हाथ बाप फड़ाउंदे हुंदे ने, तुसीं बड़ियां कालियां कीतियां ने। पापा जी मैं तां हले इक्को ही हाथ फड़ाया, दूजा हैगा तुसीं फड़ा दिओ। अच्छा, अद्धा मिंट लेट हुंदा ते दूजा भी फड़ाया जाना सी। देखो ना जी ए ते फिर हाथ नूं हाथ हुंदा ना जी। हाथ नूं हाथ हुंदा, तलवारां वाला इत्थे हुंदा ना, तां फिर हथों पाई होणी सी। की सोचिया कुड़िए? मैनू मुंडा पसंद है। मुंडा तो मैनू भी पसंद है। क्यों जी? मुंडा तो मैनू भी पसंद है। वाह जी वाह, वाह जी वाह। ऐ तेरे सारा टब्बर पसंद होया भी है। लो जी बन गई गल, बहुत बहुत बधाइयां। रखो काका जी दी तली ते 1100 रुपया ते ला दियो ठाका। क्यों काका? काका जी मैं 2 मिनट चाहिए। पापा जी ने वेखना पसंद करना ही रिश्ता होना। लो पापा जी भी आ गए थे। पापा जी तो सज्जे, हां तो खब्बे, बस आई ठीक जी। ए कहिंदे से मुंडा ते पग बड़ी सोहनी बनदा है, पर ए ते रोटा आया। नहीं नहीं पापा जी टोला फड़या है। काका जी इधर ने। हां आ काका जी। ए काका जी। अच्छा अच्छा। ए की कर रहे ने? वेख रहे ने, वेख रहे ने। ਕਿੱਦਾਂ ਦਾ ਵੇਖ ਰਹੇ ਨੇ? ਤੇ ਲੱਗਦਾ ਜਿੱਦਾਂ ਮੇਰੀ ਸਕੈਨਿੰਗ ਕਰ ਰਹੇ ਨੇ। ਦਰਅਸਲ ਪਾਪਾ ਜੀ ਨੂੰ ਨਜ਼ਰ ਨਹੀਂ ਆਉਂਦਾ ਨਾ। ਅੱਛਾ, ਮਤਲਬ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਹਨਾਂ ਨੇ ਵੇਖਣਾ ਤੇ ਰਿਸ਼ਤਾ ਹੋਣਾ। ਸਾਨੂੰ ਗੇਟ ਤੋਂ ਹੀ ਮੋੜ ਦਿੰਦੇ, ਕੀ ਲੋੜ ਸੀ ਅੰਦਰ ਸੱਦ ਕੇ ਸਾਡੀਆਂ ਬੇਇੱਜ਼ਤੀਆਂ ਕਰਾਉਣ ਦੀ। ਬੈਠੋ ਕਾਕਾ ਜੀ ਬੈਠੋ। ਇਹ ਬੈਠਣਾ, ਸਿਆਣੇ ਕਹਿੰਦੇ ਨੇ ਕਿ ਰਿਸ਼ਤਾ ਹਮੇਸ਼ਾ ਵੇਖ ਕੇ ਟੋ ਕੇ ਕਰਨਾ ਚਾਹੀਦਾ। ਵੇਖ ਅਸੀਂ ਲਿਆ ਤੇ ਟੋਏ ਰਹੇ ਨੇ। ਇਹ ਰਿਸ਼ਤਾ ਨਹੀਂ ਹੋ ਸਕਦਾ। ਕਿਉਂ, ਕੀ ਗੱਲ ਹੋ ਗਈ ਜੀ? ਕਿਉਂ ਨਹੀਂ ਹੋ ਸਕਦਾ? ਇਹਦੀ
ਤੌਣ ਛੋਟੀ ਆ ਤੌਣ ਛੋਟੀ ਤੌਣ ਤੌਣ ਛੋਟੀ ਲੈ ਦੱਸ ਵਿਆਹ ਚ ਤਾਂ ਹੁੰਦਾ ਕੀ ਕੰਮ ਨਹੀਂ ਗੱਲ ਸੁਣੋ ਤੁਸੀਂ ਮੈਨੂੰ ਵਿਆਹ ਦੇਣਾ ਕਿ ਮੈਨੂੰ ਫਾਹ ਦੇਣਾ ਫਾਂਸੀ ਲਾਉਣਾ ਮੈਨੂੰ ਕਾਕਾ ਘਰਾਂ ਦੇ 100 ਕਜੀਏ ਹੁੰਦੇ ਨੇ ਜਨਾਨੀ ਨੇ ਬੰਦੇ ਨੂੰ ਧੌਣੋਂ ਫੜਨਾ ਹੁੰਦਾ ਜੇ ਬੰਦੇ ਦੀ ਧੌਣ ਹੀ ਨਾ ਹੱਥ 'ਚ ਆਈ ਤਾਂ ਕੀ ਫਾਇਦਾ ਇਹ ਤਾਂ ਅਸੀਂ ਵੇਖਣਾ ਹੈ ਕਿ ਰਿਸ਼ਤਾ ਕਰਨਾ ਹੈ ਕਿ ਨਹੀਂ ਕਰਨਾ ਇਹ ਰਿਸ਼ਤਾ ਨਹੀਂ ਹੋ ਸਕਦਾ ਇਹ ਰਿਸ਼ਤਾ ਨਹੀਂ ਜੀ ਹੋ ਸਕਦਾ ਪਾਪਾ ਹੀ ਨੇ ਕਹਿੰਦਾ ਰਿਸ਼ਤਾ ਨਹੀਂ ਹੋ ਸਕਦਾ ਪਾਪਾ ਜੀ ਬਿਲਕੁਲ ਠੀਕ ਕਹਿੰਦਾ ਰਿਸ਼ਤਾ ਹੋ ਹੀ ਸਕਦਾ ਹੋ ਹੀ ਨਹੀਂ ਸਕਦਾ ਨਾ 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 ਰਿਸ਼ਤਾ ਨਹੀਂ ਹੋਣਾ ਹੈ ਨਹੀਂ ਕਿਉਂ ਨਹੀਂ ਹੋ ਸਕਦਾ ਇਹ ਰਿਸ਼ਤਾ ਜ਼ਰੂਰ ਹੋਊਗਾ ਮੈਂ ਕੁੰਡੀ ਮਾਰਨੀ ਹੈ ਖਿੱਚ ਕੇ ਨਾਥਾਂ ਤੇ ਕਿ ਡਾ ਇਹਨੂੰ ਵਿਆਹ ਕਲਾ ਆਇਆ ਆਇਆ ਤੁਹਾਡੇ ਨਖਰੇ ਨਖਰੇ ਇਸ ਤੇ ਮੈਂ ਚੌਂਤੀਆਂ ਦੀ ਹੋ ਗਈ ਤੁਸੀਂ ਰੱਖੋ ਜੀ ਵਿਆਹ ਦੀ ਤਰੀਕ ਪੱਕੀ ਵਿਆਹ ਦੀ ਤਰੀਕ ਤੇ ਮੈਂ ਰੱਖ ਲਈ ਐਸੇ ਮਹੀਨੇ 34 ਤਰੀਕ ਬਰਾਤ ਆਗਰੇ ਪਹੁੰਚ ਜਾਏਗੀ ਆਗਰੇ ਕਿਉਂਕਿ ਹਿੰਦੁਸਤਾਨ ਦਾ ਸਭ ਤੋਂ ਵੱਡਾ ਪਾਗਲਖਾਨਾ ਆਗਰੇ ਚ ਪਾਸਵਤ ਕਿਸ਼ੋਰੀ ਛੜਾ ਮਰ ਕੇ ਭਾਵੇਂ ਮੈਂ ਅਗਲੇ ਜਨਮ 'ਚ ਕੁੱਤੇ ਦੀ ਜੂਨੇ ਪੈ ਜਾਂ ਪਰ ਇਸ ਟੱਬਰ 'ਚ ਮੈਂ ਵਿਆਹ ਨਹੀਂ ਕਰ ਸਕਦਾ ਕਿਉਂਕਿ ਜੇ ਇਸ ਟੱਬਰ ਦੇ ਵਿੱਚ ਮੇਰਾ ਵਿਆਹ ਹੋ ਗਿਆ ਤਾਂ ਮੇਰੀ ਹਾਲਤ ਪਤਾ ਕੀ ਹੋ ਜਾਣੀ ਹੋ ਮੇਰਾ ਹਾਲ ਪਤਾ ਕੀ ਹੋ ਜਾਣਾ ਮੈਨੂੰ ਨਾ ਪੁੱਛ ਮੇਰਾ ਕੀ ਹਾਲ ਹੋ ਜਾਣਾ ਤਾਂ ਮੈਂ ਦੱਸਾਂ ਮੈਨੂੰ ਕੁਛ ਹੋ ਜਾਣਾ ਤਾਂ ਮੈਨੂੰ ਕੀ ਹਾਲ ਹੋ ਜਾਣਾ ਮੈਨੂੰ ਮੇਰੀ ਹਾਲਤ ਆ ਹੋ ਜਾਣੀ ਹੋ ਮੈਂ ਆਪਣਾ ਹਾਰ ਪਾ ਕੇ ਆਪਣੇ ਘਰ ਦੇ ਵਿੱਚ ਟ੍ਰੈਫਿਕ ਚਲਾਉਂਦੇ ਫਿਰਨਾ ਸੜਕਾਂ ਦੇ ਉੱਤੇ ਖੜੇ ਹੋ ਕੇ ਸੀਟੀਆਂ ਮਾਰਦੇ ਫਿਰਾਂਗਾ ਫੁਰਲ ਫੁਰਲ ਉਹ ਮੈਂ ਪਾਗਲ ਹੋ ਜਾਣਾ ਤਾਂ ਮੈਂ ਦੱਸਾਂ ਮੇਰੀ ਹਾਲਤ ਆ ਹੋ ਜਾਣੀ ਹੋ ਐਦਾਂ ਹੋਣੀ ਮੇਰੀ ਹਾਲਤ ਮੈਂ ਪਾਗਲ ਹੋ ਜਾਣਾ ਹੀ ਆਹ ਤੁਸੀਂ